मित्रों 86-87 मॉडल मोटरसाइकिल है, तो मुल्ले का 2-2.5 लाख के करीब इस वे है। इन्हें दे विच स्विफ्ट गड्डी लै सकते हो तुसीं सैकेंड हैंड। हुण तां इहदा 2-2.5 2-2.5 हांजी, इहदा बुलेट नालों ज़्यादा महंगा है ना। वध तों वध असीं 120-130 लाया है। ठीक है जी। तो होर मुंडे है जिन्हों को रोड साढ़े को रोड नहीं ना है, खुला हूँ बनया। ठीक है जी। जिन्हों को है जिदा बठिंडा हो गया, डब्बाली हो गया, वह ला देंगे। हाँ जी मित्रों सत श्री अकाल। तुसी इस चैनल दे उपर, खास करके तुहाडा चैनल है, तो इस चैनल दे उपर तुसी पुराने ट्रैक्टर, पुरानी गड्डियां, विंटेज मोटरसाइकिलों की वीडियोज़ नूं बहुत पसंद करते हो, तो इस करके खास तौर पर तुहाडे लई इदां दी चीज़ां लभ के मैं लिआउंदा रहिंदा। तो अज इस वीडियो दे विच खास की आ, इस वीडियो दे विच खास यही है, जिहड़ा मोटरसाइकिल मेरे कोल खड़ा आ, इस मोटरसाइकिल की आपां वीडियो पहलों अज तक नहीं की, पर इस मोटरसाइकिल दे विच खास की आ वह भी तुहानूं दसण लई आपां एक खास बंदे नाल मिलाउण जा रहे हां। इह बब्बी बई जिथे आपां उहनां दे पिंड आए होए हां, पिंड मोटे माजरा मोहाली दे विच पैंदा है जी। तो आओ तुहानूं बई हुणां नाल मिलाउणे आ, तो दिंदे आ इस घेंट मोटरसाइकिल बारे जानकारी, तो होर भी दस दें कि तुसीं बई हुणां दे कोलों होर कि चीज़ बारे जानकारी लै सकते। बई सत श्री अकाल जी। सत श्री अकाल। पहला बई जी, आप अज मोटे माजरे पिंड खड़े हुए हैं, पर सानूं इन्ना पता कि तुहाडा रेस्टोरेशन अपनी शॉप पर भी करते हो ना? वैसे साडा काम चंडीगढ़ 48 च है, 48 मोटर मार्केट। हाँ जी। तो उत्थे जगह घट होने करके असी मतलब जिन्हें तैयार कर लेंगे अभी घर खड़ा लेंगे। ठीक है। साड़ी दुकान से 2 मोटरसाइकिल, 1 मोटरसाइकिल तो वध थां नहीं है। ठीक है जी। अच्छा, जिहड़े रिपेयर वास्ते आ जांदे असीं उत्थे खोल लैंदे, बाकी रिपेयर करके असैंबल करके असीं घर लिआंदे इहनां नूं। ਉਹ ਤੋਂ ਬਾਅਦ ਆਹ ਜੇ ਪੂਰਾ ਅਸੈਂਬਲ ਨਹੀਂ ਹੋਇਆ, ਇਹਦੀ ਅਸੈਸਰੀ ਦਾ ਕੰਮ ਰਹਿੰਦਾ, ਜਿਹੜਾ ਚੱਲਦਾ ਪਿਆ ਨਾ ਕੰਮ, ਇਹਦਾ ਕੰਮ ਚੱਲਦਾ ਪਿਆ ਜੀ। ਅੱਛਾ। ਅਜੇ ਇਹਨੂੰ ਕਾਫੀ ਸਮਾਨ ਲੱਗਣਾ, ਇਹਦੀ ਸੀਟ ਪਈ ਹੈ ਦੁਕਾਨ 'ਤੇ ਓਰੀਜਨਲ, ਅਤੇ ਇੱਕ ਆਹ ਉਰੇ ਲੱਗਦਾ, ਉਰੇ ਸਟਿੱਕਰ ਲੱਗਣਾ ਹੈ, ਲਾਇਸੈਂਸਿੰਗ ਮੋਨੋਗ੍ਰਾਮ। ਠੀਕ ਹੈ ਜੀ। ਅਤੇ ਆਹ ਉਰੇ ਫਿੰਗਰਾਂ ਲੱਗਣੀਆਂ ਹੈ। ਅੱਛਾ ਜੀ। ਅਤੇ ਥੋੜ੍ਹਾ ਬਹੁਤਾ ਹੋਰ ਸਮਾਨ ਕੰਮ ਹੈ। ਠੀਕ ਹੈ ਜੀ। ਅਤੇ ਬਾਈ ਮੈਂ ਸੁਣਿਆ, ਮੈਨੂੰ ਕਾਫੀ ਵੀਰਾਂ ਦੇ ਫੋਨ ਆਏ ਸੀ, ਕਹਿੰਦੇ ਕਿ ਬੱਬੀ ਬਾਈ ਦੇ ਬਣਾਏ ਹੋਏ ਮੋਟਰਸਾਈਕਲ, ਰੀਸਟੋਰ ਕੀਤੇ ਮੋਟਰਸਾਈਕਲ ਬਾਹਰਲੇ ਮੁਲਕਾਂ 'ਚ ਵੀ ਜਾਂਦੇ ਨੇ। ਹਾਂਜੀ, ਸਾਡੇ ਕੋਲ ਇੱਕ ਗਿਆ ਹੁਣ ਪਿਛਲੇ ਮਹੀਨੇ, 135। ਠੀਕ ਹੈ ਜੀ। 135 ਹੋ ਗਿਆ। ਕਨੇਡਾ? ਕਨੇਡਾ। ਠੀਕ ਹੈ ਜੀ, ਕਨੇਡਾ। ਅਤੇ ਉਸ ਤੋਂ ਪਹਿਲੇ ਸਾਡੇ ਕੋਲ ਇੱਕ ਹੋਰ ਮੋਟਰਸਾਈਕਲ ਗਿਆ। ਹਾਂਜੀ। ਉਹ ਗਿਆ ਤਾਂ ਇੰਗਲੈਂਡ। ਅੱਛਾ ਜੀ। ਉਹ RX 100 ਸੀ, ਉਹ ਚੰਡੀਗੜ੍ਹ ਨੰਬਰ ਸੀ। ਠੀਕ। ਖਾਸ ਤੌਰ 'ਤੇ ਜਾਮਿਆਂ ਦਾ ਕੰਮ ਕਰਦੇ ਹੋ ਨਾ ਤੁਸੀਂ? ਖਾਸ ਕਰਕੇ ਜਾਮਿਆਂ ਦਾ। ਅਤੇ ਮੈਂ ਇੱਕ ਗੱਲ, ਮੈਂ ਆਪਣੇ ਗਗਨ ਬਾਈ ਨੇ ਅੰਮ੍ਰਿਤਸਰੋਂ, ਉਹਨਾਂ ਨੂੰ ਜਾਮਿਆਂ ਦਾ ਬਹੁਤ ਸ਼ੌਂਕ ਹੈ ਤੁਹਾਨੂੰ ਪਤਾ ਹੁਣ। ਹਾਂਜੀ। ਉਹ ਬਾਈ ਕਹਿੰਦੇ ਹੁੰਦੇ ਕਿ ਯਾਰ ਜਾਮੇ ਜਿਹੜੇ ਨੇ ਕਿ ਲੋਕ ਸਸਤੇ ਮੁੱਲ 'ਤੇ ਭਾਲਦੇ ਨੇ, ਪਰ ਇਹਨਾਂ ਦਾ ਸਮਾਨ ਬਹੁਤ ਮਹਿੰਗਾ ਹੈ ਸੱਚੀ? ਆਹ ਇਹ ਤਾਂ ਇੱਦਾਂ ਹੁੰਦਾ ਵੀਰ, ਜਿੱਦਾਂ ਆਹ ਮੋਟਰਸਾਈਕਲ ਲੈ ਲਓ ਤੁਸੀਂ। ਹਾਂਜੀ। ਜਿੱਦਾਂ ਆਹ ਮੋਟਰਸਾਈਕਲ ਜਿਹਨੇ ਤਾਂ ਊਂ ਵੈਸੇ ਚਲਾਉਣ ਨੂੰ ਰੱਖਣਾ ਹੈ ਵੀ ਹਾਂ ਜੀ, ਚਾ ਵੈਸੇ ਮੈਂ ਚਲਾ ਲਿਆ ਜੀ, ਭਜਾ ਲਿਆ, ਖੜਾ ਤਿਆ। ਹਾਂਜੀ। ਉਸ ਵਾਸਤੇ ਸਸਤਾ ਜਿਹਨੇ ਸਾਰਾ ਸੈਂਪਲ ਰੱਖਣਾ, ਜਿੱਦਾਂ ਆਹ ਸੁੱਚੇ ਹੋ ਗਏ, ਉਹਦੇ ਨਾਲ ਆਹ ਹੋ ਗਏ। ਹਾਂਜੀ। ਅਤੇ ਵੈਸੇ ਆਹ ਸੁੱਚ ਕਾਹਦਾ ਹੈ ਜੀ? ਔਨ ਆਫ ਦਾ ਹੈ ਇਹ, ਔਨ ਆਫ ਦਾ ਹੈ ਇਹ, ਉਹਦੇ ਲੋਅ ਹੈ ਅਤੇ ਉੱਪਰ ਹਾਈ ਹੈ। ਅੱਛਾ, ਉਹ ਲਾਈਟ ਦਾ ਹੈ। ਠੀਕ ਹੈ ਜੀ। ਔਨ ਇੱਧਰੋਂ ਹੋਣੀ ਅਤੇ ਆਹ ਔਨ ਆਫ। ਅੱਛਾ, ਔਨ ਇੱਧਰੋਂ ਹੋਣੀ ਜਿਵੇਂ ਪਹਿਲਾਂ ਆਉਂਦੇ ਹੁੰਦੇ ਸੀ ਨਾ? ਹਾਂਜੀ ਹਾਂਜੀ। ਠੀਕ ਹੈ ਜੀ। ਅਤੇ ਇਹ ਤਕਰੀਬਨ ਮੋਟਰਸਾਈਕਲ ਕਹਿ ਸਕਦੇ ਓਰੀਜਨਲ ਹੈ ਨਾ? ਤਕਰੀਬਨ ਇਹ ਸਾਰਾ ਓਰੀਜਨਲ ਹੈ, ਸਾਰਾ ਓਰੀਜਨਲ ਹੈ ਨਾ ਇਹ? ਹਾਂ। ਇਹ ਗੱਲ ਸਹੀ ਹੈ ਕਿ ਬਾਹਲੇ ਮਹਿੰਗੇ ਮੁੱਲ ਦੇ ਤਿਆਰ ਹੁੰਦੇ ਨੇ ਜੇ ਕਰਾਉਣੇ ਪੈ ਜਾਣ ਤਾਂ? ਜਿਹਨੂੰ ਸ਼ੌਂਕ ਹੈ ਵੀ ਮੈਂ ਸਾਰਾ ਓਰੀਜਨਲ ਰੱਖਾਂ, ਉਹ ਤਾਂ ਮੇਰੇ ਫਿਰ ਪੈਸੇ ਲੱਗਦੇ ਨਾ, ਇਕੱਲੇ ਇਕੱਲੇ ਪਾਰਟ ਲੱਭਣਾ ਹੈ, ਫਿਰ ਅਸੀਂ ਰੇਂਜ ਵੀ ਕਰਨਾ ਹੈ, ਪੇਂਟ ਥੋੜ੍ਹਾ ਪੇਂਟ ਕਰਾਉਣਾ, ਨਿਕਲ ਥੋੜ੍ਹਾ ਨਿਕਲ ਕਰਾਉਣਾ। ਅਤੇ ਅੱਜ ਇਹਦੀ ਗੱਲ ਕਰਦੇ, ਜਿਹੜਾ ਮੋਟਰਸਾਈਕਲ ਖੜਿਆ ਹੋਇਆ ਹੁਣ ਤੁਸੀਂ ਤਿਆਰ ਕੀਤਾ, ਇਹਦੇ ਉੱਪਰ ਕਿੰਨਾ ਕੁ ਖਰਚਾ ਆ ਗਿਆ ਹੋਊਗਾ ਮੋਟਰਸਾਈਕਲ ਤੋਂ ਲੈਦਾ? ਮੋਟਰਸਾਈਕਲ ਤੋਂ ਲੈਦਾ ਇਹਨਾਂ ਦਾ ਆ ਗਿਆ ਜੀ 95-96 ਲੱਖ ਰੁਪਇਆ ਲੱਗ ਗਿਆ ਇਹਦੇ ਉੱਤੇ। ਹਾਂਜੀ ਹਾਂ। ਅਤੇ ਜੀ ਅੱਜ ਦੀ ਗੱਲ ਕਰੀਏ ਤਾਂ ਮੋਟਰਸਾਈਕਲ 1.5 ਲੱਖ ਰੁਪਏ ਦਾ ਮੋਟਰਸਾਈਕਲ ਹੈਗਾ ਇਹ ਹੁਣ? ਹੁਣ ਤਾਂ ਇਹਦਾ ਰੇਟ ਬਹੁਤ ਜ਼ਿਆਦਾ ਹੋ ਗਿਆ ਪਹਿਲੇ ਨਾਲੋਂ। ਹੈਂ? ਹੁਣ ਤਾਂ ਇਹਦਾ 2-2.5 2-2.5। ਹਾਂਜੀ ਹਾਂਜੀ। ਇਹਦਾ ਬੁਲਟ ਨਾਲੋਂ ਜ਼ਿਆਦਾ ਮਹਿੰਗਾ ਹੈ ਨਾ? ਫਿਰ ਬੁਲਟ ਆਪਣੀ ਥੋੜ੍ਹਾ ਜਿਹਾ, ਇਹ ਆਪਣੀ ਥਾਂ। ਅਤੇ ਇਹਨੂੰ ਭਜਾ ਕੇ ਦੇਖਿਆ ਬਈ ਕਿੰਨਾ ਕੁ ਦੌੜਦਾ ਇਹ? ਅਸੀਂ ਤਾਂ ਭਾਅ ਜੀ ਵੱਧ ਤੋਂ ਵੱਧ ਅਸੀਂ 120-130 'ਤੇ ਲਾਇਆ ਹੈ। ਠੀਕ ਹੈ ਜੀ। ਅਤੇ ਹੋਰ ਮੁੰਡੇ ਹੈਗੇ ਆ ਜਿਨ੍ਹਾਂ ਕੋਲ ਰੋਡ, ਸਾਡੇ ਕੋਲ ਰੋਡ ਨਹੀਂ ਨਾ ਹੈ, ਖੁੱਲ੍ਹਾ ਹੁਣ ਬਣਿਆ। ਠੀਕ ਹੈ ਜੀ। ਜਿਨ੍ਹਾਂ ਕੋਲ ਹੈਗੇ ਜਿੱਦਾਂ ਬਠਿੰਡਾ ਹੋ ਗਿਆ, ਡੱਬਾਲੀ ਹੋ ਗਏ, ਉਹ ਲਾ ਦਿੰਦੇ ਆ। ਠੀਕ ਹੈ ਜੀ। 135 ਚਾਹੀਦੇ। ਅਤੇ ਬਿੱਲੇ ਇੱਕ ਵਾਰੀ ਉਰੇ ਆ ਕੇ ਨਾ ਇਹਦੇ ਮੀਟਰਾਂ ਉੱਤੇ ਕੈਮਰਾ ਮਾਰੀ, ਰਾਜਦੂਤ ਦੀ ਬਈ ਬੈਜਿੰਗ ਲੱਗੀ ਹੋਈ ਹੈ ਇਹਦੇ ਉੱਤੇ। ਇਹ ਵੀਰ ਜੀ ਜਦੋਂ ਆਇਆ ਨਾ ਆਪਣੇ ਇੰਡੀਆ 'ਚ ਆਇਆ, ਇਹ 'ਚ ਇਹ 3 ਕੰਪਨੀ ਦਾ ਪ੍ਰੋਡਕਟ ਸੀਗਾ ਇਹ। ਹਾਂਜੀ। ਅਤੇ ਆਪਣੀ ਇੰਡੀਅਨ ਕੰਪਨੀ ਹੋ ਗਈ ਰਾਜਦੂਤ। ਹਾਂਜੀ। ਅਤੇ ਜਿਹੜੀ ਯਾਮਾ ਹੋ ਗਈ ਇਹ ਵੀ ਬਾਹਰ ਦੀ ਹੈ, ਜਿਹੜੀ ਸਕੋਟ ਇਹ ਵੀ ਬਾਹਰ ਦੀ ਹੈ। ਅੱਛਾ।
ਮਤਲਬ ਕੁਛ ਕੁਛ ਸਮਾਨ ਇੱਕ ਕਿਤੇ ਐਸਕੋਰਟ ਦੀ ਬੈਜਿੰਗ ਲੱਗੀ ਹੋਈ ਹੈ ਅਸੈਂਬਲ ਹੋ ਰਹੇ ਹੁੰਦੇ ਤੇ ਇੰਡੀਆ 'ਚ ਅੱਛਾ ਉਹ ਅਸੈਂਬਲ ਹੁੰਦੇ ਸੀਗੇ ਜਿਵੇਂ ਇਹਨਾਂ ਦੇ ਉੱਪਰ ਉਹ ਜਿਹੜਾ 100 ਖੜਿਆ ਹੋਇਆ ਇਹਦੇ ਉੱਪਰ ਐਸਕੋਰਟ ਦੀ ਬੈਜਿੰਗ ਹੋਣੀ ਆ ਕਾਫੀ ਜਗ੍ਹਾ ਦੇ ਉੱਤੇ ਹਾਂ ਇਹ ਤੇ ਆ ਵੀ ਸਾਰੇ ਤਿੰਨੇ ਕੰਪਨੀਆਂ ਇੱਕੋ ਸੇਮ ਹੀ ਆ ਹਾਂਜੀ ਹਾਂਜੀ ਦੋ ਕੰਪਨੀਆਂ ਬਾਹਰ ਦੀ ਹੋ ਗਈ ਇੱਕ ਇੰਡੀਆ ਦੀ ਹੋ ਗਈ ਠੀਕ ਆ ਦੂਤਾ ਆਪਣਾ ਇੰਡੀਆ ਦਾ ਹੋ ਗਿਆ ਠੀਕ ਆ ਜੀ ਤੇ ਬਾਈ ਇਹਦੇ ਬਾਰੇ ਹੁਣ ਆਪਾਂ ਕੀ ਜਾਣਕਾਰੀ ਦੇ ਸਕਦੇ ਹਾਂ ਕਿ ਇਹ ਮੋਟਰਸਾਈਕਲ ਬਾਕੀਆਂ ਨਾਲੋਂ ਵੱਖਰਾ ਕਾਹਤੋਂ ਆ ਇਹਦਾ ਮੁੱਲ ਇੰਨਾ ਕਾਹਤੋਂ ਆ ਇੱਕ ਤਾਂ ਵੀਰ ਇਹਦੀ ਆਵਾਜ਼ ਬਹੁਤ ਸੋਹਣੀ ਆ ਹਾਂ ਤੁਸੀਂ ਦੇਖੇ ਹੋਈ ਇੱਕ ਆਵਾਜ਼ ਸੋਹਣੀ ਆ ਇੱਕ ਥੋੜਾ ਹੋਰ ਮੋਟਰਸਾਈਕਲ ਨਾਲੋਂ ਬਲਕੀ ਜਿਹਾ ਹਲਕਾ ਹਲਕਾ ਚੱਲਦਾ ਵਾ ਹਲਕਾ ਚੱਲਦਾ ਹਾਂ ਅੱਛਾ ਤੇ ਬ੍ਰੇਕਾਂ ਤਾਂ ਬਹੁਤ ਸਹੀ ਹੈ ਸਕਿੱਟ ਨਹੀਂ ਹੁੰਦਾ ਅੱਛਾ ਕੰਟਰੋਲਰ ਬਹੁਤ ਵਧੀਆ ਹੈ ਬ੍ਰੇਕਾਂ ਦਾ ਤੇ ਮੈਂ ਨਾ ਗਗਨ ਬਾਈ ਗੱਲ ਕਰਦੇ ਸੀ ਕਹਿੰਦੇ ਸਲੰਸਰ ਬਹੁਤ ਮਹਿੰਗੇ ਮਿਲਦੇ ਨੇ ਜਿਹੜਾ ਇਹਨਾਂ ਦੇ ਸੱਚੀ ਸਲੰਸਰ ਇਹਦਾ ਤੋਰੀ ਫੁੱਲ ਕਾਇਆ ਜਿਹਦੇ ਕੋਲ ਪਏ ਆ ਕੋਈ ਵੱਧ ਮੰਗ ਲਾ ਲੱਗਿਆ ਦਾ ਆਇਆ ਲੱਗਿਆ ਦਾ ਆਇਆ ਲੱਗੇ ਦਾ ਵਾਲਾ ਕੰਮ ਚੱਲਦਾ ਆ ਤੇ ਬਾਈ ਇਹਦੀ ਗੱਲ ਕਰਦੇ ਮਾਡਲ ਕਿਹੜਾ ਹੋਊਗਾ ਇਹ ਮਾਡਲ ਹੈ ਜੀ 86-87 ਦੇ ਵਿੱਚ 86-87 ਮਾਡਲ ਆ ਜੇ ਮਿੱਤਰੋ 86-87 ਮਾਡਲ ਮੋਟਰਸਾਈਕਲ ਹੈ ਅਤੇ ਮੁੱਲ ਇਹਦਾ 2-2.5 ਲੱਖ ਦੇ ਕਰੀਬ ਇਸ ਵੇਲੇ ਹੈਗਾ ਇੰਨੇ ਦੇ ਵਿੱਚ ਸਵਿਫਟ ਗੱਡੀ ਲੈ ਸਕਦੇ ਹਾਂ ਤੁਸੀਂ ਸੈਕਿੰਡ ਹੈਂਡ ਅਤੇ ਇੰਨਾ ਮੁੱਲ ਆ ਚਲੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੈਗਾ ਅਤੇ ਮੈਨੂੰ ਤਕਰੀਬਨ ਬਾਹਰਲੇ ਮੁਲਕਾਂ ਦਾ ਕਾਫੀ ਫੋਨ ਆਏ ਸੀ ਜਿਹੜੇ ਤੁਹਾਡੇ ਵੀਰ ਪ੍ਰਸ਼ੰਸਕ ਨੇ ਕਹਿੰਦੇ ਬਾਈ ਹੁਣਾਂ ਦੀ ਵੀਡੀਓ ਜ਼ਰੂਰ ਕਰਕੇ ਆਇਓ ਕਿ ਬਾਹਰੋਂ ਤੁਹਾਨੂੰ ਕਾਫੀ ਵੀਰ ਫੋਨ ਕਰਦੇ ਨੇ ਨਾ ਕਾਫੀ ਮੁੰਡੇ ਮੇਰੇ ਯਾਰ ਦੋਸਤ ਵੀ ਆਏ ਮੇਰੇ ਜਿੱਦਾਂ ਇਹਨਾਂ ਦੇ ਆਹ ਰੱਖੇ ਹੋਏ ਆ ਉਹ ਇੱਕ ਘਰ ਵਾਂਗੂ ਹੀ ਬਣ ਜਾਂਦਾ ਆਪਣਾ ਭਰਾਈ ਬਣ ਜਾਂਦਾ ਹਾਂਜੀ ਹਾਂਜੀ ਅਤੇ ਜਿਹਨਾਂ ਨੇ ਇਹਨੇ ਰੱਖੇ ਆਹ ਰੱਖੇ ਮੇਰੇ ਤੋਂ ਤਿਆਰ ਕਰਿਆ ਇਹਨੇ ਮੇਰੀ ਹੈਲਪ ਵੀ ਬਹੁਤ ਕਰੀ ਹੈ ਅੱਛਾ ਪੈਸੇ ਦੀ ਲੋੜ ਹੋਵੇ ਕਾਹਦੀ ਚੀਜ਼ ਦੀ ਲੋੜ ਹੋਵੇ ਜਦੇ ਦੇ ਦਿੰਦੇ ਆ ਅੱਛਾ ਬਾਅਦ ਇੱਕ ਉਹ ਖੜਿਆ ਹੈ ਅੰਦਰ ਖੜੇ ਤੇ ਆ ਬਾਈ ਵੀ ਚੰਡੀਗੜ੍ਹ ਦਾ ਹੀ ਵੀ ਮਿਲਿਆ ਬਹੁਤ ਸਹੀ ਹੈ ਮੇਰਾ ਨਾਮ ਅੱਛਾ ਇਹ ਜਦੋਂ ਦਾ ਕਰਿਆ ਹੋਇਆ ਮੇਰੇ ਘਰ ਹੀ ਖੜਿਆ ਇਹਦਾ ਵੀ ਕੰਮ ਚੱਲਦਾ ਅਜੇ ਠੀਕ ਹੈ ਜੀ ਇਹਦੇ ਕਵਰ ਕੋਟ ਦੇਣਾ ਹੋਇਆ ਸੁੱਚ ਸੱਚ ਪੈਂਟ ਨੂੰ ਦੇ ਆਏ ਹਾਂ ਠੀਕ ਹੈ ਜੀ ਅਤੇ ਉਹ ਤੋਂ ਬਾਅਦ ਇੱਕ ਸ਼ਾਹਬਾਦ ਹੈ ਜਿਹੜਾ ਉਹ ਖੜਾ ਉਹ ਵੀ ਇੰਗਲੈਂਡ ਹੈ ਅੱਛਾ ਇੰਗਲੈਂਡ ਜਾ ਰਿਹਾ ਇੰਜਣ ਪਾਸੇ ਆਉਂਦੇ ਆ ਕਿ ਬਿੱਲੇ ਇੱਕ ਵਾਰ ਇੰਜਣ ਦਿਖਾ ਦੇ ਬਾਈ ਇਹਦਾ ਇੰਜਣ ਬੜਾ ਕੰਪਲੀਕੇਟਡ ਜਿਹਾ ਲੱਗਦਾ ਦੇਖਣ ਨੂੰ ਬਿੱਲੇ ਇੱਕ ਵਾਰ ਹੋਰ ਮੋਟਰਸਾਈਕਲ ਅੱਡੇ ਆਣਾ ਏ ਹਾਂਜੀ ਕਿਸੇ ਤੋਂ ਅੱਜ ਤੱਕ ਇਹਦੀ ਕਾਪੀ ਨਹੀਂ ਹੋਈ ਅੱਛਾ ਲੋਕਾਂ ਨੇ ਬਹੁਤ ਕਾਪੀ ਕਰੀ ਅਸੀਂ ਵੀ ਇਹਨੂੰ ਦੋ ਹੈ ਇਹਨੂੰ ਇੱਕ ਕਰ ਲੈਂਦੇ ਆ ਹਾਂਜੀ ਸਿੰਗਲ ਕਾਰਬੋਰੇਟਰ ਲਾ ਲੈਂਦੇ ਨਹੀਂ ਤੇ ਇਹ ਬੈਨ ਵੀ ਹੋ ਗਿਆ ਸੀਗਾ ਇਹ ਹਾਂ ਬੈਨ ਹੋ ਗਿਆ ਸੀਗਾ ਇਹ ਬੈਨ ਹੋ ਗਿਆ ਸੀ ਨਾ ਮੋਟਰਸਾਈਕਲ ਇਹ ਬੈਨ ਹੋਣ ਦਾ ਕਾਰਨ ਕੀ ਸੀ ਇਹਨਾਂ ਦਾ ਇਹ 90 ਤੋਂ ਇਹਨਾਂ ਮੈਨੂੰ ਨੋਲਜ ਨਹੀਂ ਹੈ 90 ਤੋਂ ਪਹਿਲੇ ਬੈਨ ਹੋ ਗਿਆ ਸੀ ਉਸ ਤੋਂ ਬਾਅਦ ਆਰਡਰ ਤੇ ਆਉਣ ਲੱਗਿਆ ਅੱਛਾ ਉਸ ਤੋਂ ਬਾਅਦ ਇਹ ਬਾਹਰੋਂ ਜਪਾਨ ਤੋਂ 93 ਤੱਕ ਆਰਡਰ ਤੇ ਆਈ ਗਿਆ ਠੀਕ ਹੈ ਜੀ 92 ਤੋਂ 93 ਤੱਕ ਠੀਕ ਹੈ ਜੀ ਤੇ ਬਾਈ ਜੀ ਅੱਜ ਦੀ ਗੱਲ ਕਰਦੇ ਆ ਜੇਕਰ ਕਿਸੇ ਬਾਈ ਕੋਲ ਘਰੇ 350 ਇਹਦੇ ਨਾਲ ਦਾ ਖੜਿਆ ਹੋਵੇ ਤੇ ਜੇ ਰੀਸਟੋਰ ਕਰਾਉਣਾ ਹੋਵੇ ਤਾਂ ਕਿੰਨਾ ਕੁ ਮੁੱਲ ਲੱਗ ਜਾਂਦਾ ਉਹਦੇ ਉੱਪਰ ਉਹਦੇ ਪਾਰਟਾਂ ਜਾਂ ਸਾਫ ਤੇਜ਼ ਪਾਰਟ ਪੂਰੇ ਆ ਫਿਰ ਤਾਂ ਥੋੜੇ ਲੱਗਦਾ ਫਿਰ ਤਾਂ ਸਿਰਫ ਇੱਕ ਰੰਗ ਪੇਂਟ ਦਾ ਬਾਕੀ ਰਨਿੰਗ ਸਮਾਨ ਉਹ ਤਾਂ ਨਵਾਂ ਪੈਣਾ ਤੇ ਰੰਗ ਇਹਦੇ ਉੱਪਰ ਕਿਹੜਾ ਕਰਦੇ ਹੋ ਟੂਕੇ ਦਾ ਹੀ ਕਰਦੇ ਹੋ ਟੂਕੇ ਦਾ ਕਰਦੇ ਹੋ ਨਾ ਰੰਗ ਇਹਦੇ ਉੱਤੇ ਤੇ ਕਿੰਨਾ ਕੁ ਖਰਚਾ ਜਾਂਦਾ ਹੋਊਗਾ ਸਾਰਾ ਕਰਕੇ ਜੇ ਕਿਸੇ ਨੇ ਦੁਬਾਰਾ ਰੰਗ ਕਰਾਉਣਾ ਹੋਵੇ ਤਾਂ ਮਾੜੀ ਮੋਟੀ ਵਿੱਚ ਰਿਪੇਅਰਿੰਗ ਹੋਵੇ ਉਹਦੇ ਵਿਚਾਲੇ ਸਾਡਾ ਇਹਦੇ 'ਚ ਆਹ ਪੂਰਾ ਸੈਂਪਲ ਕਰਨ 'ਚ ਇਕੱਲੇ ਪੇਂਟ ਪੇਂਟ ਦਾ 9,000 ਰੁਪਏ ਖਰਚਾ ਹੈ 9,000 ਰੁਪਏ ਪੇਂਟ ਦਾ ਖਰਚਾ ਜਿਹੜੇ ਸਟਿੱਕਰ ਨੇ ਉਹ ਅਲੱਗ ਤੋਂ ਨੇ ਉਹ ਸਟਿੱਕਰ ਅਲੱਗ ਤੋਂ ਸਟਿੱਕਰ ਲੈਦਾ ਨੇ ਉਸ ਤੋਂ ਤੇ ਬਾਕੀ ਨਿਕਲ ਵੀ ਕਰਾਉਣੀ ਆ ਸਭ ਕਰਾਉਣਾ ਆ ਨਿਕਲ ਦਾ ਅੱਡ ਉਹ ਅੱਡ ਆ ਨਿਕਲ ਦਾ ਪਾਰਟ ਦੇ ਹਿਸਾਬ ਤੋਂ ਉਹ ਪਾਰਟ ਦੇ ਹਿਸਾਬ ਨਾਲ ਤਕਰੀਬਨ ਇਹ ਹੋ ਜਾਂਦਾ ਹੋਊਗਾ 15,000 ਦਾ ਖਰਚਾ ਪੈ ਜਾਂਦਾ ਹੋਊਗਾ ਰੰਗ ਬੰਦ ਰੰਗ ਨਿਕਲਦਾ ਹਾਂ ਪੈ ਜਾਂਦਾ ਇੰਨਾ ਕੁ ਪੈ ਜਾਂਦਾ ਹੋਊਗਾ ਨਾ 20,000 ਰੁਪਏ ਤੱਕ 18 ਤੋਂ ਹਾਂ 18 ਤੋਂ 20,000 ਦੇ ਵਿੱਚ ਕਿਉਂਕਿ ਤੁਸੀਂ ਇਹ ਨਾ ਸੋਚੋ ਕਿ ਬਾਈ ਹੋਣੀ ਨਾ ਕਿਉਂਕਿ ਅੱਜ ਬਾਈ ਹੋਣ ਦੀ ਪਹਿਲੀ ਵੀਡੀਓ ਆ ਅਤੇ ਇਸ ਕਰਕੇ ਬਾਈ ਹੋਣੀ ਥੋੜ੍ਹਾ ਜਿਹਾ ਸੋਚ ਕੇ ਬੋਲਦੇ ਪਏ ਨੇ ਪਰ ਕੋਈ ਗੱਲ ਨਹੀਂ ਅਗਲੀ ਵਾਰੀ ਵੀਡੀਓ ਜਦੋਂ ਕਰਾਂਗੇ ਬਾਈ ਹੋਣਾਂ ਦੇ ਕੋਲ ਬਾਈ ਹੋਣਾਂ ਨੂੰ ਆਪਾਂ ਬਿਲਕੁਲ ਤੇਜ਼ ਕਰ ਦੇਵਾਂਗੇ ਬਿਲਕੁਲ ਜੀ ਅਤੇ ਬਾਈ ਇੱਕ ਆਹ ਖੜਿਆ ਹੋਇਆ RX 100 ਹਾਂਜੀ ਇਹ ਵੀ ਤੁਹਾਡੇ ਕੋਲ ਰਿਪੇਅਰਿੰਗ ਨੂੰ ਆਇਆ ਹੋਇਆ ਰਿਪੇਅਰ ਨੂੰ ਆਇਆ ਠੀਕ ਹੈ ਜੀ ਅਤੇ ਬਾਈ ਇਹਦੇ ਬਾਰੇ ਹੁਣ ਕੋਈ ਹੋਰ ਕੋਈ ਜਾਣਕਾਰੀ ਦੇ ਸਕਦੇ ਇਹਦੇ ਲੀਵਰ ਵੀ ਇਹਦੇ ਸਿੰਗਲ ਲੱਗਿਆ ਹੋਇਆ ਇੱਥੇ ਜਿਹੜਾ ਗੇਅਰ ਵਾਲਾ ਲੀਵਰ ਆ ਇਹ ਗੇਅਰ ਵਾਲਾ ਲੀਵਰ ਹੈ ਕਿ ਬ੍ਰੇਕ ਗੇਅਰ ਆ ਬ੍ਰੇਕ ਇੱਧਰ ਹੈ ਇਹ ਗੇਅਰ ਕਿੰਨੇ ਬਾਈ ਇਹਦੇ 6 ਗੇਅਰ ਆ ਇਹਦੇ ਇਕੱਲੇ ਮੋਟਰਸਾਈਕਲ ਦੇ 6 ਗੇਅਰ ਨੇ 6 ਗੇਅਰ ਤੇ ਤਾਂ ਫਿਰ ਬਹੁਤ ਦੌੜਦਾ ਹੋਊਗਾ ਨਾ ਇਸ ਹਿਸਾਬ ਨਾਲ ਤੇ ਬਾਈ ਇੱਕ ਵਾਰੀ ਬਿੱਲੇ ਪਿੱਛੇ ਆ ਜਾ ਹੁਣ ਆਪਾਂ ਵੀਡੀਓ ਖਤਮ ਕਰਨ ਤੋਂ ਪਹਿਲਾਂ ਪਿੱਛੋਂ ਵੀ ਦਿਖਾਲਦੇ ਆ ਤੁਹਾਨੂੰ ਕਿ ਇਸ ਮੋਟਰਸਾਈਕਲ ਦੇ ਵਿੱਚ ਤੇ ਬਾਕੀ ਮੋਟਰਸਾਈਕਲਾਂ ਦੇ ਵਿੱਚ ਫਰਕ ਕੀ ਆ ਤੇ ਬਿੱਲੇ ਇੱਕ ਵਾਰੀ ਪਿੱਛੇ ਦਿਖਾਲੀ ਸੀਟ ਦੂਜੀ ਲੱਗਣੀ ਇਹਦੀ ਸੀਟ ਓਰੀਜਨਲ ਆਉਣੀ ਆ ਨਾ ਤੁਹਾਡੇ ਕੋਲ ਹਜੇ ਦੁਕਾਨ ਤੇ ਪਈ ਆ ਦੁਕਾਨ ਤੇ ਪਈ ਹੋਈ ਆ ਨਾ ਤੇ ਬਾਈ ਹੁਣਾਂ ਦਾ ਐਡਰੈਸ ਤੇ ਫੋਨ ਨੰਬਰ ਮੈਂ ਵੀਡੀਓ 'ਚ ਦਿੱਤਾ ਹੋਇਆ ਜੇ ਕਿਸੇ ਬਾਈ ਨੇ ਯਾਮਾ ਤਿਆਰ ਕਰਾਉਣਾ ਹੈ ਆਪਣਾ ਰੀਸਟੋਰ ਕਰਾਉਣਾ ਪੇਂਟ ਕਰਾਉਣਾ ਤਾਂ ਬਾਈ ਹੁਣਾਂ ਨੂੰ ਕਾਲ ਕਰ ਸਕਦੇ ਨੇ ਬਾਈ ਇਹਦਾ ਪਿੱਛੋਂ ਬੜਾ ਸੋਹਣਾ ਲੱਗਦਾ ਨਾ ਇਹ ਦੇਖਣ ਨੂੰ ਸੋਹਣਾ ਤਾਂ ਵੀਰੇ ਐਂ ਆਇਆ ਇਹ
ਇਹ ਮੋਟਰਸਾਈਕਲ ਕੁਛ ਘੱਟ ਹੈ ਉਸ ਤੋਂ ਬਾਅਦ ਵਧੀਆ ਲੱਗਦਾ ਹਰੇਕ ਨੂੰ ਆ ਤੇ ਜਿਹੜੇ ਬਾਕੀ ਨੇ ਜਿਹੜਾ ਇਹ ਪਿੱਛੇ 100 ਖੜਿਆ ਹੋਇਆ ਉਹਦੀ ਲਾਈਟ ਕੁਝ ਹੋਰ ਤਰ੍ਹਾਂ ਦੀ ਇਹਦੀ ਲਾਈਟ ਬੜੀ ਵੱਖਰੀ ਜਹੀ ਆ ਇਹ ਤਾਂ ਕੈਰੀਅਰ ਆਂਦਾ ਨਾ ਅੱਛਾ ਇਹ ਤਾਂ ਕੈਰੀਅਰ ਆਂਦਾ ਕੈਰੀ ਹੁਣ ਲਵਾਉਂਦਾ ਨਹੀਂ ਤਾਂ ਕੈਰੀਅਰ ਆਂਦਾ ਸੀਗਾ ਨਾ ਅੱਛਾ ਇਹਦੇ ਉੱਪਰ ਕੈਰੀਅਰ ਆ ਜਾਣਾ ਨਾ ਕੁਝ ਦੋ ਸਲੈਂਸਰਾਂ ਕਰਕੇ ਥੋੜਾ ਚਿਮਟਾ ਹੋਰਾਂ ਨਾਲ ਅੱਡ ਹੈ ਨਾ ਇਹ ਚੜਾਈ ਆਣਾ ਹੈ ਜੀ ਤੇ ਦੋ ਸਲੈਂਸਰ ਨੇ ਜੇ ਪਿੱਛੋਂ ਦੇਖਦੇ ਤਾਂ ਪਿੱਛੋਂ ਮੋਟਰਸਾਈਕਲ ਕਾਫੀ ਸੋਹਣੇ ਲੱਗਦੇ ਨੇ ਤੇ ਬਾਈ ਇਹਦਾ ਟਾਇਰ ਵੀ ਕਾਫੀ ਚੌੜਾ ਹੈ ਪਿੱਛੇ ਹਨਾ ਬਾਕੀਆਂ ਦੇ ਨਾਲੋਂ ਚੌੜਾ ਪੈਂਦਾ ਇਹ ਚ ਹੋਰਾਂ ਤੇ ਮਿੱਤਰੋ ਇਹ ਉਹ ਚੀਜ਼ਾਂ ਨੇ ਜਿਹੜੀਆਂ ਅੱਜ ਕੱਲ੍ਹ ਜਿਵੇਂ ਲੋਕਾਂ ਨੇ ਥੋੜ੍ਹਾ ਸਮਾਂ ਪਹਿਲਾਂ ਇੱਕ ਵਾਰਡ ਦੇ ਵਿੱਚ ਵੇਚਣੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਹਾਂ ਜਦੋਂ ਇਹ ਨੈੱਟ ਚੱਲਿਆ ਉਸ ਤੋਂ ਬਾਅਦ ਫਿਰ ਮੁੱਲ ਵੱਧ ਗਿਆ ਲੋਕਾਂ ਨੂੰ ਨੌਲੇਜ ਆ ਗਈ ਹੁਣ ਸੋਨੇ ਦੇ ਭਾਅ ਵਿਕਦੀਆਂ ਨੇ ਸੋਨੇ ਦੇ ਭਾਅ ਵਿਕਦੀ ਤੇ ਜੇਕਰ ਕਿਸੇ ਬਾਈ ਨੂੰ ਜੇ ਆਪਾਂ ਗੱਲ ਕਰਦੇ ਬਾਈ ਅੱਜ ਕਿਸੇ ਦੇ ਘਰੇ ਮਾੜੀ ਹਾਲਤ ਦੇ ਵਿੱਚ ਖੜਿਆ ਹੋਵੇ 350 ਇਹਦੇ ਨਾਲ ਦਾ ਤਾਂ ਕਿੰਨਾ ਕੁ ਮੁੱਲ ਲਾਉਣਾ ਬਣਦਾ ਹੈ ਹੁਣ ਦੇ ਟਾਈਮ ਦੇ ਹਿਸਾਬ ਨਾਲ ਉਹਦੇ ਹਿਸਾਬ 'ਤੇ ਤਾਂ ਪਾਰਟ ਪੂਰੇ ਕੰਪਲੀਟ ਹੈ ਫਿਰ ਤਾਂ ਹੈਗਾ 1.5-1.5 ਲੱਖ ਜੇ ਮੈਂ ਰਿਪੇਅਰ ਹੋਣ ਨੂੰ ਹੈ ਜੇ ਅੱਛਾ ਜੇ ਰਿਪੇਅਰ ਮੰਗਦਾ ਵੀ ਹੋਵੇ ਤਾਂ ਵੀ 1.5 ਲੱਖ ਰੁਪਏ ਦਾ ਹੈਗਾ ਆ ਤੇ ਚਲੋ ਆਸ ਕਰਦੇ ਮਿੱਤਰੋ ਜੇਕਰ ਤੁਹਾਡੇ ਘਰੇ ਏਦਾਂ ਦੀ ਚੀਜ਼ਾਂ ਖੜੀਆਂ ਨੇ ਜੇਕਰ ਤੁਹਾਡੇ ਕੋਲ ਜਾਂ ਤੁਸੀਂ ਚਾਹੁੰਦੇ ਹੋ ਕਿ ਐਵੇਂ ਦੀ ਚੀਜ਼ ਤੁਸੀਂ ਰਿਪੇਅਰ ਕਰਾਉਣੀ ਆ ਜਾਂ ਰੀਸਟੋਰ ਕਰਾਉਣੀ ਆ ਤਾਂ ਬਾਈ ਉਹਨਾਂ ਦਾ ਨੰਬਰ ਮੈਂ ਦਿੱਤਾ ਹੋਇਆ ਬਾਈ ਇੱਕ ਵਾਰੀ ਆਪਾਂ ਐਡਰੈਸ ਦੱਸ ਦਿੰਦੇ ਸਾਰਿਆਂ ਨੂੰ ਮੇਰਾ ਹੈਗਾ ਸੈਕਟਰ 48C ਚੰਡੀਗੜ੍ਹ ਮੋਟਰ ਮਾਰਕੀਟ ਹਾਂਜੀ ਅਤੇ ਬੂਥ ਨੰਬਰ ਹੈਗਾ 473 473 ਤੇ ਕੋਈ ਗੱਲ ਨਹੀਂ ਜਦੋਂ ਅਗਲੀ ਵਾਰੀ ਆਪਾਂ ਬਾਈ ਹੋਣਾ ਦੀ ਵੀਡੀਓ ਕਰਾਂਗੇ ਤੁਹਾਡੀ ਸ਼ੋਪ ਦੇ ਉੱਤੇ ਜਾ ਕੇ ਕਰਾਂਗੇ ਤੇ ਹੋਪਸ ਉਦੋਂ ਬਾਈ ਹੋਣਾ ਦੇ ਕੋਲ ਹੋਰ ਵੀ ਮੋਟਰਸਾਈਕਲ ਹੋਣਗੇ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਆਸ ਕਰਦੇ ਵੀਡੀਓ ਜਿਹੜੇ ਸਾਡੇ ਮਿੱਤਰ ਵਿੰਟੇਜ ਮੋਟਰਸਾਈਕਲ ਨੂੰ ਪਿਆਰ ਕਰਦੇ ਨੇ ਖਾਸ ਕਰਕੇ ਯਾਮਿਆਂ ਨੂੰ ਪਿਆਰ ਕਰਦੇ ਨੇ ਉਹ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਨਗੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਗੇ ਅਤੇ ਬਾਈ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਅਤੇ ਆ ਇਹਨਾਂ 'ਚ ਕੋਈ ਸੈਂਪਲ ਨਹੀਂ ਹੈ ਜੀ ਆ ਵੀ ਇਹਦਾ ਕਿਤੇ ਕੰਮ ਚੱਲ ਰਿਹਾ ਅੱਛਾ ਇਹਦਾ ਸੀਟ ਹੋ ਗਈ ਜਿੱਦਾਂ ਅਸੈਸਰੀ ਦਾ ਸਮਾਨ ਬਹੁਤ ਪਿਆ ਰਬੜ ਪਾਰਟ ਬਹੁਤ ਪਏ ਆ ਅੱਛਾ ਅਤੇ ਕੁਛ ਹੋਰ ਆਈਟਮਾਂ ਅਜੇ ਲੱਗਣੀਆਂ ਇਹਨੂੰ ਹਜੇ ਲੱਗਣੀਆਂ ਕੰਪਲੀਟ ਹੋ ਗਿਆ ਬਾਰਸ ਪੈ ਜਾਂਦਾ ਕੱਲ੍ਹ ਕੰਪਲੀਟ ਹੋ ਜਾਣੀ ਹੈ ਠੀਕ ਹੈ ਜੀ ਅਤੇ ਚਲੋ ਆਸ ਕਰਦਾ ਜਦੋਂ ਇਹ ਕੰਪਲੀਟ ਹੋ ਜਾਊਗਾ ਸਾਨੂੰ ਫੋਟੋ ਜ਼ਰੂਰ ਕਰ ਲਿਓ ਅਸੀਂ ਥੰਬਨੇਲ ਦੇ ਵਿੱਚ ਉਹੀ ਲਾਇਆ ਕਰਾਂਗੇ ਠੀਕ ਹੈ ਅਤੇ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਜੀ ਧੰਨਵਾਦ